पार्टी। ਗਿਆਸਪੁਰਾ ਜੀ ਇੱਕ ਕਹਿ ਰਹੇ ਨੇ ਕਿ ਆਮ ਆਦਮੀ ਪਾਰਟੀ ਨੇ ਵਾਅਦੇ ਤਾਂ ਪੂਰੇ ਕਰ ਲਏ ਪਰ ਵਿਰੋਧੀ ਦਲ ਕਹਿੰਦਾ ਕਿ ਇਹਨਾਂ ਤੋਂ ਪੂਰੇ ਨਹੀਂ ਹੋਣੇ, 2 ਮਹੀਨੇ ਦੇ ਵਿੱਚ ਇਹ ਬਿਖਰ ਜਾਣਗੇ। ਪਰ ਜਿਹੜੇ ਵਿਰੋਧੀ ਧਿਰ ਜਿਹੜੇ ਗੱਲਾਂ ਕਰਦੇ ਆ ਇਹ ਸਾਰੇ ਜੇਲ੍ਹਾਂ ਦੇ ਵਿੱਚ ਜਾਣਗੇ, ਆ ਜਿਹੜੇ ਆਪਣੀ ਸਹੁੰ ਚੁੱਕਣਗੇ। ਇਹੀ ਦਿਨ ਦੀ ਉਡੀਕ ਬੜੇ ਸਾਲਾਂ ਤੋਂ ਸੀ ਜਿਹੜੀ ਅੱਜ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਅੱਜ ਪੂਰੀ ਹੋਈ ਹੈ ਅਤੇ ਬੜੇ ਉਤਸ਼ਾਹ ਅਤੇ ਜੋਸ਼ ਦੇ ਨਾਲ ਹਲਕਾ ਪੈਰ ਦੇ ਵਿੱਚੋਂ ਵੱਡੀ ਗਿਣਤੀ ਤੋਂ ਲੋਕ ਜਿਹੜੇ ਆ ਉਹ ਕਟਕੜ ਕਲਾ ਨੂੰ ਜਾ ਰਹੇ ਆ। ਕੁਛ ਸੰਗਤਾਂ ਇੱਥੋਂ ਜਾ ਰਹੀਆਂ ਨੇ, ਕੁਛ ਮਲੌਤ ਤੋਂ ਜਾ ਰਹੀਆਂ ਨੇ, ਕੁਛ ਪੈਰ ਤੋਂ ਜਾ ਰਹੀਆਂ ਨੇ। ਸਾਰੇ ਜਾਣੇ ਅਸੀਂ ਇੱਕ ਜਗ੍ਹਾ 'ਤੇ ਡੈਸਟੀਨੇਸ਼ਨ 'ਤੇ ਇਕੱਠੇ ਹੋਵਾਂਗੇ ਅਤੇ ਸਾਰੇ ਜਾਣੇ ਵੱਡੀ ਗਿਣਤੀ ਦੇ ਵਿੱਚ ਉੱਥੇ ਕਾਫਲਿਆਂ ਦੇ ਰੂਪ ਦੇ ਵਿੱਚ ਪਹੁੰਚ ਕੇ ਅਸੀਂ ਸਾਰੇ ਹੀ ਜਾਣੇ ਪੂਰੇ ਪੰਜਾਬ ਦੇ 3 ਕਰੋੜ ਲੋਕ ਅੱਜ ਮੁੱਖ ਮੰਤਰੀ ਦੀ ਸਹੁੰ ਚੁੱਕਣਗੇ, ਸਾਰੇ ਅੱਜ ਮੁੱਖ ਮੰਤਰੀ। ਅਤੇ ਇੱਕ ਗਿਆਸਪੁਰਾ ਜੀ, ਜਿਸ ਤਰ੍ਹਾਂ ਇੱਕ ਮੀਡੀਆ ਦੇ ਵਿੱਚ ਆਇਆ ਕਿ ਕਲਗੀਧਰ ਪਾਤਸ਼ਾਹ ਨੂੰ ਕੋਈ ਸ਼ਬਦਾਂ ਦਾ ਊਚ ਨੀਚ ਇਸ ਤਰ੍ਹਾਂ ਦੀ ਸਪੀਚ ਆਈ ਆ, ਉਹਦੇ ਉੱਤੇ ਤੁਸੀਂ ਦੇਖੋ ਕਈ ਲੋਕ, ਮੈਂ ਸਾਰੇ ਲੋਕਾਂ ਨੂੰ ਤੁਹਾਡੇ ਜ਼ਰੀਏ ਵੀ ਕਹਿੰਦਾ ਕਿ ਰਾਜਨੀਤੀ ਕਰਨੀ ਹੁੰਦੀ ਆ ਕੁਛ ਚੱਜ ਦੀ ਕਰਿਆ ਕਰੋ। ਸਾਡੇ ਪੰਜਾਬੀ ਦੇ ਵਿੱਚ ਅਕਸਰ ਮੁਹਾਵਰਾ ਕਿ ਕਾਲੇ ਚੰਮ ਨੂੰ ਕੀ ਰੋਨੀ ਆ, ਇੱਥੇ ਤੱਕ ਕਲਗੀ ਵਾਲੇ ਰੁੜ ਗਏ। ਇਹ ਜਿਹੜਾ ਹੈਗਾ ਸਾਡੇ ਮਾਲਵੇ ਦਾ ਮੁਹਾਵਰਾ, ਉਸ ਮੁਹਾਵਰੇ ਨੂੰ ਦੇਖੋ, ਜਿਹੜੀਆਂ ਕਲਗੀ ਵਾਲੇ ਰੁੜ ਗਏ ਦਾ ਮਤਲਬ ਇਹ ਆ ਵੀ ਜਿਹੜੇ ਵੱਡੇ ਵੱਡੇ ਲੀਡਰ, ਜਿਹੜਾ ਕਿ ਪ੍ਰਕਾਸ਼ ਸਿੰਘ ਬਾਦਲ ਵਰਗੇ, ਜਿਹੜੇ ਕਿ ਸੁਖਬੀਰ ਬਾਦਲ ਵਰਗੇ, ਕੈਪਟਨ ਅਮਰਿੰਦਰ ਸਿੰਘ ਵਰਗੇ, ਜਿਹੜੇ ਕਿ ਇਸ ਚੋਣ ਹਨੇਰੀ ਦੇ ਵਿੱਚ ਉਹ ਹਾਰ ਗਏ ਆਪਦੀ ਚੋਣ ਮੁਹਿੰਮ। ਇਹ ਇੱਕ ਮੁਹਾਵਰਾ, ਆਮ ਮੁਹਾਵਰਾ, ਪੜ੍ਹੇ ਲਿਖੇ ਲੋਕ ਇਸ ਗੱਲ ਨੂੰ ਜਾਣਦੇ ਆ, ਪਰ ਕੁਝ ਬੁੱਝੜ ਕਿਸਮ ਦੇ ਲੋਕ ਇੱਦਾਂ ਦੀ ਜਿਹੜੀ ਰਾਜਨੀਤੀ ਕਰਦੇ ਆ ਉਹਨਾਂ ਨੂੰ ਰਾਜਨੀਤੀ ਤੋਂ ਗੁਰੇਜ਼ ਕਰਨਾ ਚਾਹੀਦਾ। ਮੈਂ ਸਮਝਦਾ ਕਿ ਸਾਡੇ ਲਿਟਰੇਸੀ ਦੀ ਕਮੀ ਆ, ਔਰ ਉਹਨਾਂ ਲੋਕਾਂ ਨੂੰ ਸ਼ਹਿਨਸ਼ਾਹ ਦੇ ਸ਼ਹਿਨਸ਼ਾਹ ਦਸਮ ਪਿਤਾ ਗੁਰੂ ਕਲਗੀਧਰ ਪਾਤਸ਼ਾਹ, ਉਹ ਕਲਗੀਧਰ ਪਾਤਸ਼ਾਹ ਨੇ, ਉਹ ਇਹ ਨਹੀਂ ਹੈ ਜਿਵੇਂ ਇਹ ਕਹਿੰਦੇ ਆ ਵੀ ਇਹਨਾਂ ਨੂੰ ਬਣਾ ਦਿੱਤਾ ਹੈ, ਉਹ ਕਲਗੀਧਰ ਪਾਤਸ਼ਾਹ ਨੇ। ਉਹਨਾਂ ਦੇ ਨਾਲ ਮੈਂ ਸਮਝਦਾ ਕਿ ਲੇਟ ਕਰਨਾ ਬਹੁਤ ਵੱਡੀ ਮੂਰਖਤਾ, ਇਹ ਲੋਕ ਗੁਨਾਹਗਾਰ ਨੇ, ਗੁਰੂ ਸਾਹਿਬ ਇਹਨਾਂ ਨੂੰ ਜ਼ਰੂਰ ਸਜ਼ਾ ਦਊਗਾ ਇਸ ਗੱਲ। ਗਿਆਸਪੁਰਾ ਜੀ ਇੱਕ ਕਹਿ ਰਹੇ ਨੇ ਕਿ ਆਮ ਆਦਮੀ ਪਾਰਟੀ ਨੇ ਵਾਅਦੇ ਤਾਂ ਪੂਰੇ ਕਰ ਲਏ ਪਰ ਵਿਰੋਧੀ ਦਲ ਕਹਿੰਦਾ ਕਿ ਇਹਨਾਂ ਤੋਂ ਪੂਰੇ ਨਹੀਂ ਹੋਣੇ, 2 ਮਹੀਨੇ ਦੇ ਵਿੱਚ ਇਹ ਬਿਖਰ ਜਾਣਗੇ। ਕੋਈ ਗੱਲ ਨਹੀਂ, ਵਿਰੋਧੀ ਦਲਾਂ ਦਾ ਤਾਂ ਗੱਲਾਂ ਕਰਨੀਆਂ ਹੁੰਦੀਆਂ ਨੇ। 5 ਸਾਲ ਸਾਡੇ ਹੈਗੇ ਆ ਸਰਕਾਰ, 1.5 ਸਾਲ ਲੱਗਦਾ ਹੁੰਦਾ ਹਰ ਚੀਜ਼ ਨੂੰ, ਤੁਸੀਂ ਦੇਖਿਓ ਕਿ ਸਾਰੀਆਂ ਜਿਹੜੇ ਵਾਅਦੇ ਪੂਰੇ ਹੋਣਗੇ। ਪਰ ਜਿਹੜੇ ਵਿਰੋਧੀ ਧਿਰ ਜਿਹੜੇ ਗੱਲਾਂ ਕਰਦੇ ਆ ਇਹ ਸਾਰੇ ਜੇਲ੍ਹਾਂ ਦੇ ਵਿੱਚ ਜਾਣਗੇ, ਆ ਜਿਹੜੇ ਲੱਖੇ ਛੱਖੇ ਨੇ ਸ਼ਰਾਬ ਵੇਚੀ ਆ ਜਾਂ ਕੁੱਟਲੀ ਉਹਨਾਂ ਨੇ ਸਾਰੇ ਗਲਤ ਕੰਮ ਕੀਤੇ ਆ, ਸਾਰਿਆਂ ਨੂੰ ਟੰਗਾਂਗੇ। ਥੈਂਕ ਯੂ। ਮੈਂ ਭਗਵੰਤ ਮਾਨ, ਮੈਂ ਭਗਵੰਤ ਮਾਨ ਈਸ਼ਵਰ ਦੀ ਸਹੁੰ ਚੁੱਕਦਾ ਹਾਂ ਕਿ ਮੈਂ ਕਾਨੂੰਨ ਦੁਆਰਾ ਸਥਾਪਿਤ ਭਾਰਤ ਦੇ ਸੰਵਿਧਾਨ ਦੇ ਪ੍ਰਤੀ ਸੱਚੀ ਸ਼ਰਧਾ ਅਤੇ ਨਿਸ਼ਠਾ ਰੱਖਾਂਗਾ ਕਿ ਮੈਂ ਭਾਰਤ ਦੀ ਪ੍ਰਭੁਤਾ ਅਤੇ ਅਖੰਡਤਾ ਨੂੰ ਬਰਕਰਾਰ ਰੱਖਾਂਗਾ ਕਿ ਮੈਂ ਪੰਜਾਬ ਰਾਜ ਦੇ ਮੁੱਖ ਮੰਤਰੀ ਵਜੋਂ ਆਪਣੇ ਕਰਤੱਵਾਂ ਨੂੰ ਵਫ਼ਾਦਾਰੀ ਅਤੇ ਸ਼ੁੱਧ ਅੰਤ ਕਰਨ ਨਾਲ ਨਿਭਾਵਾਂਗਾ ਅਤੇ ਮੈਂ ਭੈ ਜਾਂ ਪੱਖਪਾਤ ਸਮੇਤ ਜਾਂ ਦੁਰਭਾਵਨਾ ਬਿਨਾਂ ਸਭ ਤਰ੍ਹਾਂ ਦੇ ਲੋਕਾਂ ਦੇ ਪ੍ਰਤੀ ਸੰਵਿਧਾਨ ਅਤੇ ਕਾਨੂੰਨ ਨੂੰ ਅਨੁਸਾਰ ਦੇ ਵਿੱਚ ਨਿਆਂ ਕਰਾਂਗਾ। ਮੈਂ ਭਗਵੰਤ ਮਾਨ, ਮੈਂ ਭਗਵੰਤ ਮਾਨ ਈਸ਼ਵਰ ਦੀ ਸਹੁੰ ਚੁੱਕਦਾ ਹਾਂ ਕਿ ਜੋ ਕੋਈ ਮਾਮਲਾ ਪੰਜਾਬ ਰਾਜ ਦੇ ਮੁੱਖ ਮੰਤਰੀ ਵਜੋਂ ਮੇਰੇ ਵਿਚਾਰ ਵੀ ਲਿਆਉਣਾ ਜਾਵੇਗਾ ਜਾਂ ਮੈਨੂੰ ਗਿਆਨ ਹੋਵੇਗਾ ਉਹ ਕਿਸੇ ਵਿਅਕਤੀ ਜਾਂ ਵਿਅਕਤੀਆਂ ਨੂੰ ਸਿਵਾਏ ਉਸਦੇ ਕਿ ਅਜਿਹੇ ਮੁੱਖ ਮੰਤਰੀ ਵਜੋਂ ਆਪਣੇ ਕਰਤੱਵਾਂ ਨੇ ਠੀਕ ਨਿਭਾਉਣ ਲਈ ਕਿਹਾ ਕਰਨਾ ਮੌਜੂਦਾ ਹੋਵੇ। ਮੈਂ ਸਿੱਧੇ ਜਾਂ